ਗਰੀਬੀ ਤੇ ਬਿਮਾਰੀ ਕਈ ਵਾਰ ਇਨਸਾਨ ਨੂੰ ਇਸ ਕਦਰ ਲਾਚਾਰ ਬਣਾ ਦਿੰਦੀ ਹੈ ਕਿ ਉਸ ਦੇ ਆਪਣੇ ਵੀ ਮਾੜੇ ਵਕਤ ਦੇ ਵਿੱਚ ਉਸ ਦਾ ਸਾਥ ਸਾੜ ਜਾਂਦੇ ਨੇ ਅਜੇ ਹੀ ਨੌਜਵਾਨ ਅਮਰਗੜ ਹਲਕੇ ਦੇ ਪਿੰਡ ਮਨਮੀ ਦਾ ਕੁਲਵਿੰਦਰ ਸਿੰਘ ਨਾਮਕ ਜੋ ਪਿਛਲੇ 1 ਸਾਲ ਤੋਂ ਕਰੀਬ ਮੰਝੇ ਤੇ ਪਿਆ ਹੈ ਬ੍ਰੇਨ ਟਿਊਮਰ ਦੀ ਬਿਮਾਰੀ ਨਾਲ ਹਾਲਾਤ ਐਨੇ ਮਾੜੇ ਨੇ ਕਿ ਜਿੱਥੇ ਉਸ ਦਾ ਭਰਾ ਉਸ ਦਾ ਆਰਥਿਕ ਤੰਗੀ ਨਾਲ ਜੂਝਦਾ ਹੈ ਉਹਦਾ ਇਲਾਜ ਕਰਾ ਰਿਹਾ ਹੈ ਤੇ ਉਸ ਦੀ ਜਿਹੜੀ ਪਤਨੀ ਹੈ ਉਹਦਾ ਸਾਹ ਛੱਡ ਗਈ ਤੇ ਨਾਲ ਹੀ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਗਈ ਬਿਮਾਰੀ ਦੇ ਨਾਲ-ਨਾਲ ਮਾਨਸਿਕ ਸੱਟ ਵੀ ਇੱਕ ਤਰ੍ਹਾਂ ਇਸ ਪਰਿਵਾਰ ਦੇ ਵੱਜੀ ਹੈ ਬੱਛ ਹੁਣ ਦਾ ਕੀ ਕਰੀਏ ਛੱਡ ਕੇ ਭੱਗ ਗਈ ਇਹ ਦੇ ਘਰ ਵਾਲੀ ਹੁਣ ਲਾਜੇ ਤਾਂ ਭਾਜ ਕਰਾਉਂਦਾ ਨਾਬ ਦੇ ਜਿਵੇਂ ਕੰਜਾਮ ਤੋਂ ਨਾ ਨਾ ਮੇਰੇ ਲਾਜ ਕਰਾਉਂਦਾ ਨਾ ਇਹ ਆਉਂਦੇ ਸੁੱਕ ਕੰਜਾਮ ਤੋਂ ਵੀ ਉਹ ਇਹ ਤਾਂ ਪੱਕਾ ਹੀ ਉਹ ਬੱਕ ਗਿਆ ਤੇ ਹੋਂਕਾ ਚ ਬੱਛ ਹੁਣ ਕੀ ਹਾਲਾਤ ਹਾਲਾਤ ਕਰਦੇ ਕਹੇ ਜੰਨੇ ਬੱਛ ਖਲਾਸ ਸਮਾਰੀ ਨੇ ਹੁਣ ਕੀ ਕਰੀਏ ਜੇ ਪੁੱਤ ਪਿਆ ਮੰਜੇ ਚ ਨਾ ਲਾਜ ਹੁੰਦਾ ਕੀ ਹੋਜ ਬਾਕ ਕਿ ਸੰਭੇ ਮੇਰਾ ਬੜਾ ਮੁੰਡਾ ਕਿਨੂੰ ਕਿਨੂੰ ਸੰਭੇ ਵਾਲੀ ਕਿੱਥੇ ਚਲੀ ਗਈ ਤੇ ਕਿ ਬਾਕੀ ਛੱਡ ਕੇ ਬਾਕੀ ਬੱਚੇ ਪਹਿਲਾਂ ਬੱਚੇ ਲੈ ਗਈ ਫੇ ਮਗਰੇ ਆਪ ਬਾਕੀ 15 ਸਾਲ ਹੋ ਗਏ ਮੈਂ ਮੇ ਤੋਂ ਅੱਡ ਵਿਡ ਨੂੰ ਫੇਰ ਵੀ ਮੇਰੇ ਸਿਰ ਤੇ ਛਿੱਟ ਕੇ ਬਾਕੀ ਗਈ ਸੰਭਲਾ ਮੈਂ ਮੈਂ ਕੱਲੀ ਕਿ ਮੈਂ ਸ਼ਾਂਪੂ ਜੇ ਜਬਾਕ ਨਾ ਹੋਵੇ ਤਾਂ ਚੰਡੀ ਮਰਦੀ ਬਿਮਾਰੀ ਕਾਣ ਇਹ ਜਾਨੀ ਪੈ ਨਹੀਂ ਜੀ ਤੇ ਇਹਦੀ ਸੇਵਾ ਸੰਭਾਲ ਕਰ ਰਹੇ ਆ ਜੀ ਮੈਂ ਹੀ ਮੈਂ ਜਿਵੇਂ ਗੋਲਗੱਪੇ ਵੇਚਣ ਦਾ ਰੀੜੀ ਦਾ ਕੰਮ ਕਰਦਾ ਜੀ ਤੇ ਮੇਰੇ ਦੋ ਬੱਚੇ ਨੇ ਤੇ ਬਾਕੀ ਪਰਿਵਾਰ ਆ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਹੇ ਆ ਮੁਸ਼ਕਲਾਂ ਨਾਲ ਚੱਲ ਰਿਹਾ ਜੀ ਤੇ ਇਹਦੇ ਘਰ ਵਾਲੀ ਜੀ ਮੇਤੋ ਜੀ ਲਗਭਗ 15 ਸਾਲ ਹੋ ਗਏ ਨੇ ਅਲੱਗ ਸੀਗਾ ਰਹਿ ਰਿਹਾ ਸੀਗਾ ਤੇ ਹੁਣ ਇਹੋ ਜੀ ਸਥਿਤੀ ਆ ਗਈ ਕਿ ਆ ਕੇ ਇਹਦੀ ਕਰ ਵਾਲੀ ਸੀ ਉਹ ਵੀ ਇਹਦੇ ਸਾਥ ਸੜਕੇ ਚਲੀ ਗਈ ਮੇਰੇ ਤੇ ਛੱਟ ਗਈ ਕਹਿੰਦੀ ਵੀ ਸੰਭੋ ਚ ਹੈ ਨਾ ਸੰਭੋ ਪਰ ਖੂਨ ਦਾ ਰਿਸ਼ਤਾ ਹੁਣ ਕਰਕੇ ਮੈਨੂੰ ਸਾਰਾ ਕੰਮ ਕਰ ਰਿਹਾ ਹੁਣ ਜਿਵੇਂ ਮੈਂ ਪੀਜੀਆਈ ਲੈ ਕੇ ਜਾਣਾ ਨੂੰ ਪੀਜੀਆਈ ਲਿਆਉਣ ਲਈ ਮੈਨੂੰ ਐਂਬੂਲੈਂਸ ਦਾ ਪ੍ਰਬੰਧ ਕਰਨਾ ਪੈਂਦਾ ਈ ਉਹਦੇ ਘੱਟੋ ਘੱਟ 3500 4000 ਰੁਪਏ ਲੈਂਦਾ ਤੇ ਬਾਕੀ ਦਵਾਈ ਬੂਟੀ ਲਗਭਗ 15 2000 ਰੁਪਏ ਚ ਮੇਰਾ ਉਹ ਪੈਂਦਾ ਜੀ ਮੈਨੂੰ ਤੇ ਹੁਣ ਆਰਥਿਕ ਤੰਗੀ ਕਾਰਨ ਮੈਨੂੰ 1 ਮਹੀਨਾ ਹੋ ਗਿਆ ਤੇ ਇਹਨਾਂ ਦੀ ਦਵਾਈ ਬੂਟੀ ਮੈਂ ਨਹੀਂ ਲੈ ਜਾ ਸਕਿਆ ਕਿਉਂਕਿ ਮੇਰੇ ਅ ਮੇਰੇ ਕੋ ਸਾਧਨ ਨਹੀਂ ਆਮਦਨ ਦਾ ਆਮਦਨ ਕੀ ਆ ਮੈਂ ਸਾਮ ਨੂੰ 2 ਘੰਟੇ ਗੋਲ ਗੱਪਿਆਂ ਦੀ ਰੇੜੀ ਲਾਉਣਾ ਤੇ ਉਹਦੇ ਨਾਲ ਗੁਜ਼ਾਰਾ ਕਰ ਰਿਹਾ ਆਪਣਾ ਤੇ ਆਪਣੇ ਪਰਿਵਾਰ ਦਾ ਇਹਦੇ ਨਾਲ ਇਹਦੀ ਦਵਾਈ ਵੀ ਬਯਾਰਤਕ ਤੰਗੀਆਂ ਮੈਂ ਇਹ ਹੀ ਗੁਜਾਰਸ਼ ਕਰਦਾ ਕਿ ਮੇਰੀ ਹੈਲਪ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਭਰਾ ਦੇ ਇਲਾਜ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਜੋ ਕੋਈ ਮਾਂ ਬੜੀ ਮੁਸ਼ਕਲ ਨਾਲ ਕਰ ਰਿਹਾ ਉਹ ਕਰ ਸਕਾਂ ਤੇ ਮੇਰਾ ਮੋਬਾਈਲ ਨੰਬਰ ਆ ਜੀ 99145 13944 ਕਿਉਂਕਿ ਜੇਕਰ ਮੈਂ ਹਾਲਾਤ ਨੇ ਕੋਈ ਵੀ ਮੇਰੇ ਨਾਲ ਗੱਲਬਾਤ ਕਰਕੇ ਤੇ ਕਰ ਸਕਦਾ ਤੇ ਮੇਰੀ ਬੱਦ ਤੋਂ ਬਾਦ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣਾ ਭਰਾ ਦਾ ਇਲਾਜ ਕਰਵਾ ਸਕਾਂ ਜੇ ਜਦੋਂ ਦਵਾਈ ਵਗੈਰਾ ਨਹੀਂ ਦਿੰਦੇ ਫਿਰ ਕਿੰਨਾ ਕੁ ਮਨੋ ਤਕਲੀਫ ਹੁੰਦੀ ਹੈ ਇਹਨਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਜਿਉਂ ਲਗਾਤਾਰ ਹੋ ਗਿਆ ਜੀ ਮੀਨਾ ਹੁਣ ਦਵਾਈ ਨਹੀਂ ਹੁਣ ਤਕਲੀਫ ਚ ਰਹਿੰਦੇ ਨੇ ਜੀ ਕਾਫੀ ਦੌਰਾ ਪੈ ਜਾਂਦਾਗਾ ਤੇ ਫਿਰ ਸਾਂਭ ਲੈ ਮੈਂ ਦਾ ਮਾਣ ਮੁੱਟੇ ਦਵਾਈ ਬੂਟੀਆਂ ਉਹ ਕਰਕੇ ਜੀ ਹਲੋ ਆਪਰੇਸ਼ਨ ਕਿੰਨਾ ਕੁ ਹੋ ਚੁੱਕੇ ਨੇ ਕੀ ਹੋ ਚੁੱਕੇ ਨੇ ਆਪਰੇਸ਼ਨ ਹੋ ਚੁੱਕੇ ਨੇ ਜੀ ਤੇ ਬ੍ਰੇਨ ਟਿਊਮਰ ਦਾ ਹੋਇਆ ਸੀਗਾ ਬਾਕੀ ਵੇਰ ਕਹਿੰਦੇ ਵੀ ਸਟੰਟ ਪਾਇਆ ਵੀ ਇਹਦੇ ਲੀਕਜ ਹੋਣ ਲੱਗੀ ਤੀਗੀ ਲਗਾਤਾਰ 4-5 ਮਹੀਨੇ ਸੀ ਉੱਥੇ ਪੀਜੀਆਈ ਰਹਿ ਕੇ ਆਏ ਆ ਜੀ ਤੇ ਹੁਣ ਡਾਕਟਰ ਕੀ ਕਹਿ ਰਹੇ ਨੇ ਉਹਨੂੰ ਡਾਕਟਰ ਕਹਿੰਦੇ ਵੀ ਇਲਾਜ ਚੱਲ ਰਿਹਾ ਬਾਕੀ ਪ੍ਰਮਾਤਮਾ ਦੇ ਹੱਥ ਆ ਜੀ ਜੋ ਉਹਨੂੰ ਮਨਜ਼ੂਰ ਆ ਉਦਾਂ ਹੀ ਹੋਣਾ ਵੀ ਯਾਨੀ ਫਿਲਹਾਲ ਜਿਹੜਾ ਸਥਿਤੀ ਆ ਕਿਉਂਕਿ ਆਰਥਿਕ ਤੰਗੀ ਕਾਰਨ ਬਹੁਤ ਜ਼ਿਆਦਾ ਹੋਵਾ ਜੀ ਵੀ ਜਿਹੜੀ ਦਵਾਈ ਬੂਟੀਆਂ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਤੇ ਘਰ ਵਾਲੀ ਕਹਿ ਰਹੇ ਨੇ ਛੱਡ ਕੇ ਚਲੀ ਕਿੱਥੇ ਚਲੀ ਗਈ ਉਹ ਉਹ ਆਪਦੇ ਪੇਕੇ ਚਲੀ ਗਈ ਜੀ ਤੇ ਮੇਤੂ ਦਾ ਲੱਗ ਰਹਿਦਾ ਸੀ 15 ਸਾਲ ਤੋਂ ਤੇ ਹੁਣ ਖੂਨ ਦਾ ਰਿਸ਼ਤਾ ਉਹਦੇ ਨਾਲ ਇਸ ਇਸ ਦੌਰਾਨ ਹੀ ਮੇਰੇ ਡੈਡੀ ਸੀਗੇ ਉਹਨਾਂ ਦੀ ਡੈਥ ਹੋ ਗਈ ਕਿਉਂਕਿ ਉਹ ਦੇਖ ਨਹੀਂ ਸਕੇ ਦੁੱਖ ਤੇ ਜਦੋਂ ਛੱਡ ਕੇ ਚਲੀ ਗਈ ਤੇ ਹੋਂਕਾ ਕਰਗੇ ਵੀ ਮੇਰੀ ਵੀ ਛੱਡ ਗਈ ਵੀ ਨਾਲੇ ਅਸੀਂ ਦੋ ਜਣੇ ਆ ਤੇ ਵੀ ਇਹ ਕਿਵੇਂ ਸੰਭਾਲੂਗਾ ਇਕੱਲਾ ਤੇ ਇਸ ਵਜ੍ਹਾ ਕਰਕੇ ਜੀ ਉਹਨਾਂ ਦੀ ਡੈਥ ਹੋ ਗਈ ਪਰਿਵਾਰ ਦੀ ਆਰਥਿਕ ਹਾਲਾਤ ਕਿੰਨੀ ਬਦ ਤੋਂ ਬੱਤਰ ਹੈ ਇੱਕ ਭਰਾ ਹੈ ਜਿਹੜਾ ਖੂਨ ਦਾ ਰਿਸ਼ਤਾ ਨਿਭਾਉਂਦੇ ਹੋਏ ਆਪਣੇ ਭਰਾ ਦਾ ਇਲਾਜ ਕਰਾ ਰਿਹਾ ਹੈ ਗੋਲ ਗੱਪੇ ਦੀ ਰੇੜੀ ਲਾ ਕੇ ਜਿਹੜਾ ਹੈਗਾ ਉਹ ਸਾਧਨ ਆਪਣੇ ਹੀਲੇ ਵਸੀਲੇ ਦੇ ਕੋਲੇ ਬਹੁਤ ਘੱਟ ਨੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਆਪਣੇ ਜਿੰਨੇ ਵੀ ਪੈਸੇ ਬਣਦੇ ਨੇ ਆਪਣੇ ਪਰਿਵਾਰ ਤੇ ਖਰਚ ਕਰਦਾ ਨਾਲ ਹੀ ਆਪਣੇ ਭਰਾ ਦਾ ਇਲਾਜ ਕਰਾ ਰਿਹਾ ਹੈ ਤੁਹਾਨੂੰ ਸਮਾਜ ਸੇਵੀ ਜਿੱਥੇ ਬੰਦੇ ਨੂੰ ਅਪੀਲ ਕਰਦੇ ਆ ਕਿ ਇਸ ਪਰਿਵਾਰ ਦਾ ਵੱਧ ਤੋਂ ਵੱਧ ਮਦਦ ਕਰੋ ਕੋਈ ਇਸ ਦੀ ਬਾਹ ਫੜੋ ਤਾਂ ਜੋ ਇਹ ਆਪਣਾ ਗੁਜ਼ਾਰਾ ਵਧੀਆ ਤਰੀਕੇ ਨਾਲ ਚਲਾ ਸਕਣ ਤੇ ਨਾਲ ਆਪਣੇ ਭਰਾ ਦੀ ਬਿਮਾਰੀ ਦਾ ਇਲਾਜ ਕਰਾ ਸਕੇ